ਅੱਜ ਜਲੰਧਰ ਵਿੱਚ ਆਮ ਆਦਮੀ ਪਾਰਟੀ ਦੇ ਕੋਟਕੂਰਾ ਦੇ ਵਿਧਾਇਕ ਕੁਲਤਾਰ ਸਿੰਘ ਅਤੇ ਗੜਸ਼ੰਕਰ ਦੇ ਵਿਧਾਇਕ ਅਤੇ ਜਲੰਧਰ ਤੋਂ ਲੋਕ ਸਭਾ ਦੇ ਉਮੀਦਵਾਰ ਸਾਬਕਾ ਜਸਟਿਸ ਜੋਰਾ ਸਿੰਘ ਦੁਆਰਾ ਪ੍ਰੈਸ ਕਾਨਫਰੰਸ ਕੀਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਪਿਛਲੇ ਦਿਨੀਂ ਸੂਬੇ ਵਿੱਚ ਹੋਈ ਬਾਰਿਸ਼ ਨੂੰ ਲੈ ਕੇ ਪਾਰਦਰਸ਼ੀ ਤਰੀਕੇ ਨਾਲ ਗਿਰਦਾਵਰੀ ਹੋਵੇ ਅਤੇ ਸਾਰੇ ਪੀੜਤ ਕਿਸਾਨਾਂ ਨੂੰ ਬਣ ਦਾ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ। ਇਸ ਮੌਕੇ 'ਤੇ ਸਾਬਕਾ ਜਸਟਿਸ ਜੋਰਾ ਸਿੰਘ ਅਤੇ ਆਪ ਨੇਤਾ ਕੁਲਤਾਰ ਸਿੰਘ ਨੇ ਕਿਹਾ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੋਈ ਆ ਉਹਦੇ ਵਿੱਚ ਸਾਡੇ ਪੁਰਾਣੇ ਜਿਹੜੇ ਸਾਥੀ ਬਾਬਾ ਜੀ ਔਰ ਦੂਸਰੇ ਸਾਥੀ ਜਿਹੜੇ ਆ ਉਹ ਜੁਆਇਨ ਕਰ ਰਹੇ ਆ। ਔਰ ਜੁਆਇਨ ਕਿਉਂ ਕੀਤਾ? ਇਸ ਕਰਕੇ ਵੀ ਦਿੱਲੀ ਦੇ ਵਿੱਚ ਜਿਹੜੀ ਗੌਰਮੈਂਟ ਆ ਉਹਨਾਂ ਦੀਆਂ ਪੋਲਸੀ ਨੂੰ ਵੇਖ ਕੇ ਪੰਜਾਬ ਦੇ ਲੋਕ ਵੀ ਚਾਹੁੰਦੇ ਆ ਵੀ ਆਮ ਆਦਮੀ ਪਾਰਟੀ ਇਸੇ ਪਾਵਰ 'ਚ ਆਵੇ ਔਰ ਬਾਬਾ ਜੀ ਔਰ ਦੂਸਰੇ ਜਿਹੜੇ ਸਾਥੀ ਆ ਕੋਈ ਘਰੇਲੂ ਕਾਰਨਾਂ ਕਰਕੇ ਇਹਨਾਂ ਨੇ ਪਾਰਟੀ ਤੋਂ ਵਿੱਚੋਂ ਨਹੀਂ ਕੰਮ ਕਰ ਸਕੇ ਔਰ ਹੁਣ ਦਾ ਵੀ ਦੁਆਰਾ ਫਿਰ ਅੱਜ ਨੇ ਕੀ ਪਾਰਟੀ ਦੇ ਵਿੱਚ ਕੰਮ ਕਰਨ ਵਾਸਤੇ ਜੁਆਇਨ ਕਰ ਰਹੇ ਹਾਂ। ਇਸ ਕਰਕੇ ਕੋਈ ਪਾਰਟੀ ਛੱਡਣ ਦਾ ਕੋਈ ਰੀਜ਼ਨ ਨਹੀਂ ਗਾ ਵੀ ਪਾਰਟੀ ਦੇ ਵਿੱਚ ਕੋਈ ਕਮੀ ਸੀ, ਇਹ ਸਿਰਫ ਘਰੇਲੂ ਕਾਰਨਾਂ ਕਰਕੇ ਹੀ ਆਪਣੇ ਪਾਰਟੀ ਨੂੰ ਵਿੱਚ ਕੰਮ ਨਹੀਂ ਕਰ ਸਕਦੇ। ਤੁਸੀਂ ਹੁਣ ਦੱਸ ਰਹੇ ਸੀ ਪ੍ਰੈਸ ਕਾਨਫਰੰਸ ਵਿੱਚ ਕਿ ਜਿਹੜੀ ਕਾਂਗਰਸ ਸਰਕਾਰ ਜਿਹੜੀ ਹੈਗੀ ਉਹ 'ਤੇ ਕਾਰਵਾਈ ਨਹੀਂ ਕਰਨਾ ਚਾਹੁੰਦੀ। ਹਾਂ ਦੋਸ਼ੀ ਹੈ ਬਿਲਕੁਲ। ਕਿਸ ਤਰ੍ਹਾਂ? ਦੇਖੋ ਮੈਂ ਰਿਪੋਰਟ ਟਾਈਮਲੀ ਮਤਲਬ ਵਿਦਨ ਟਾਈਮ ਨੇ ਰਿਪੋਰਟ ਦਿੱਤੀ ਉਸ ਟਾਈਮ, ਨਾ ਗੌਰਮੈਂਟ ਨਾ ਕੋਈ ਹੋਰ ਪਾਰਟੀ ਮੇਰੀ ਮੈਨੂੰ ਮਤਲਬ ਸਪੋਰਟ ਨਹੀਂ ਕਰ ਸਕਦੀ, ਸਪੋਰਟ ਨਹੀਂ ਕਰ ਰਹੇ ਸੀ। ਮੈਂ ਇੱਕ ਐਪਲੀਕੇਸ਼ਨ ਲੈਂਦਾ ਸੀਗਾ ਵੀ ਇਹ ਮੈਨੂੰ ਰਿਕਾਰਡ ਪੇਸ਼ ਕੀਤਾ ਜਾਵੇ, ਉਹ 3-4 ਮਹੀਨੇ ਰਿਕਾਰਡ ਹੀ ਨਹੀਂ ਪੇਸ਼ ਹੁੰਦਾ ਸੀ। ਜਿਹੜੇ ਵਿਟਨੈਸ ਆਉਂਦੇ ਸੀਗੇ ਉਹਨਾਂ ਦੇ ਉੱਤੇ ਚੈੱਕ ਰੱਖਿਆ ਜਾਂਦਾ ਸੀ ਵੀ ਜਾ ਕੇ ਤੁਸੀਂ ਕਮਿਸ਼ਨ ਦੇ ਸਾਹਮਣੇ ਇਹ ਕੋਈ ਗੱਲ ਨਹੀਂ ਕਰਨੀ, ਉਹਨਾਂ ਦੀ ਐਂਟਰੀ ਬਾਰੇ ਵੀ ਵਾਪਸੀ ਦੇ ਬਾਰੇ ਵੀ ਸਾਰਾ ਕੁਝ ਚੈੱਕ ਹੋ ਕੇ ਹੁੰਦਾ ਸੀ। ਲੇਕਿਨ ਉਸ ਦੇ ਬਾਵਜੂਦ ਮੈਂ ਰਿਪੋਰਟ ਦਿੱਤੀ, ਉਹ ਰਿਪੋਰਟ ਟੇਬਲ ਕਰਨ ਅਕਾਲੀ ਗੌਰਮੈਂਟ ਨੇ ਕੀਤੀ ਨਹੀਂ, ਉਹਦੇ ਬਾਰੇ ਕਾਂਗਰਸ ਗੌਰਮੈਂਟ ਨੇ ਨਹੀਂ ਕੀਤੀ, ਇਹ ਦੋਨੇ ਪਾਰਟੀਆਂ ਰਲੀਆਂ ਹੋਈਆਂ। ਮੇਰੀ ਰਿਪੋਰਟ ਟੇਬਲ ਕਰਦੇ ਔਰ ਮੈਂ ਚੈਲੰਜ ਕਰਦਾ ਵੀ ਉਹ ਰਿਪੋਰਟ ਦੇ ਵਿੱਚ ਵੀ ਕਿਹੜਾ ਆਦਮੀ ਜ਼ਿੰਮੇਵਾਰ ਆ ਔਰ ਕਿਸਨੇ ਬੇਅਦਬੀ ਕਰਾਈ ਔਰ ਕਿਉਂ ਇਹ ਰਿਪੋਰਟ ਲਾਗੂ ਨਹੀਂ ਹੋਈ। ਤੁਸੀਂ ਕਹਿ ਰਹੇ ਰੁਕਾਵਟਾਂ ਆ ਰਹੀਆਂ ਸੀ, ਜਦੋਂ ਤੁਸੀਂ ਜਾਂਚ ਕਰ ਰਹੇ ਸੀ ਕਿਸ ਲੈਵਲ ਤੋਂ ਫੋਨ ਆਉਂਦੇ ਸੀ ਜਾਂ ਕਿੱਦਾਂ ਦੇ? ਮੇਰੇ ਕੋਲ ਫੋਨ ਕਿਸੇ ਪਾਸੇ ਨਹੀਂ ਆਉਂਦੇ ਸੀਗੇ, ਜਿਹੜੇ ਮੇਰੇ ਕਮਿਸ਼ਨ ਦੇ ਵਿੱਚ ਵਿਟਨੈਸ ਆਉਂਦੇ ਸੀ ਉਹਨਾਂ ਦੀ ਐਂਟਰੀ ਬਾਹਰ ਹੁੰਦੀ ਸੀ ਵੀ ਕਿਹੜਾ ਜਾ ਰਿਹਾ ਔਰ ਕੀ ਕਹਿ ਕੇ ਆ ਰਿਹਾ, ਇਹ ਲੋਕ ਇੰਨੇ ਡਰੇ ਹੋਏ ਸੀ। ਲੇਕਿਨ ਉਸਦੇ ਬਾਅਦ ਵੀ ਉਹਦੇ ਬਾਵਜੂਦ ਵੀ ਰਿਪੋਰਟ ਮੈਂ ਟਾਈਮਲੀ ਦਿੱਤੀ, ਲੇਕਿਨ ਗੌਰਮੈਂਟ ਦੀ ਜ਼ਿੰਮੇਵਾਰੀ ਸੀ ਉਹਨੂੰ ਟੇਬਲ ਕਰਦੇ ਔਰ ਜਿਹੜੇ ਜ਼ਿੰਮੇਵਾਰ ਅਫਸਰ ਜਿਹੜੇ ਇਹਨਾਂ ਦੀ ਰਿਸਪੋਂਸੀਬਿਲਟੀ ਹੈ ਜਿਹਨਾਂ ਦੀ ਜਿਹਨਾਂ ਨੇ ਕ੍ਰਾਈਮ ਕੀਤਾ ਉਹਨਾਂ ਦੇ ਐਕਸ਼ਨ ਲੈਂਦੇ। ਸਰਜੀਤ ਸਿੰਘ ਨੇ ਵੀ ਰਿਪੋਰਟ ਸਬਮਿਟ ਕੀਤੀ, ਉਹਦੇ 'ਤੇ ਕਿਹੜਾ ਕੁਐਸਚਨ ਹੋਇਆ? ਉਹਦੇ ਬਾਅਦ SIT ਬਣਾਤੀ, SIT ਬਣਾਤੀ, ਉਹ SIT ਦੇ ਮੈਂਬਰ ਜਿਹੜੇ ਕੁੰਵਰ ਵਿਜੇ ਪ੍ਰਤਾਪ ਸਿੰਘ ਆ ਉਹਦੀ ਟ੍ਰਾਂਸਫਰ ਕਰਤੀ। ਕਿਉਂ ਟ੍ਰਾਂਸਫਰ ਕੀਤੀ? ਇੱਕ ਇਮਾਨਦਾਰ ਅਫਸਰ ਜਿਹੜਾ ਕੰਮ ਕਰ ਰਿਹਾ ਉਹਦੀ ਟ੍ਰਾਂਸਫਰ ਦਾ ਕੀ ਰੀਜ਼ਨ ਹੈਗਾ? ਇਹ ਗੌਰਮੈਂਟ ਦੱਸੇ ਵੀ ਕਿਉਂ ਰੀਜ਼ਨ ਕੀ ਰੀਜ਼ਨ ਆ? ਮੈਂ ਕੈਪਟਨ ਸਾਹਿਬ ਨੂੰ ਕਹਿਣਾ ਹੈਗਾ ਵੀ ਉਹਦੇ ਬਾਰੇ ਲਿਖਣ ਵੀ ਇਹਦੀ ਟ੍ਰਾਂਸਫਰ ਜਿਹੜੀ ਹੋਈ ਹੈ ਗਲਤ ਹੋਈ ਆ ਔਰ ਦੁਬਾਰਾ ਉਹਨੂੰ ਰੀਇੰਸਟੇਟ ਕੀਤਾ ਜਾਵੇ, ਉਹਨੂੰ ਕੰਮ ਕਰਨ ਦਾ ਮੌਕਾ ਦਿੱਤਾ ਜਾਵੇ। ਟ੍ਰਾਂਸਫਰ ਦਾ ਕਾਰਨ ਇਹੋ ਹੀ ਹੈ ਕਿ ਉਹ ਜਾਂਚ ਦੇ ਬਿਲਕੁਲ ਕਰੀਬ ਪਹੁੰਚ ਗਏ ਜਾਂ ਇਹੀ ਹੈਗਾ ਰਿਪੋਰਟ, ਉਹਨਾਂ ਨੂੰ ਡਰ ਹੋ ਗਿਆ ਵੀ ਹੁਣ ਰਿਪੋਰਟ ਜਿਹੜੀ ਆਏਗੀ SIT ਦੀ ਰਿਪੋਰਟ ਆਏਗੀ ਸਾਡੇ ਖਿਲਾਫ਼ ਆਏਗੀ ਔਰ ਉਹ 'ਤੇ ਐਕਸ਼ਨ ਲੈਣਾ ਪੈ ਗਿਆ। ਇਹ ਸਿਰਫ ਉਹਨਾਂ ਕੀ ਮਤਲਬ ਪਬਲਿਕ ਦੇ ਵਿੱਚ ਅੱਖਾਂ ਦੇ ਵਿੱਚ ਘੱਟਾ ਪਾਉਣ ਵਾਸਤੇ ਡਿਲੇਅ ਕਰ ਰਿਹਾ। 15 ਜੂਨ 2015 ਵਿੱਚ ਵਾਕਿਆ ਹੋਇਆ, ਹੁਣ 19 ਆ ਗਿਆ, ਠੀਕ ਹੈ, ਕੀ ਐਕਸ਼ਨ ਹੋਇਆ? ਇੱਕ ਫੋਰਮਲ ਜਿਹਾ 2-4 ਆਦਮੀ ਨੂੰ ਅਰੈਸਟ ਕਰ ਲਿਆ, ਲੇਕਿਨ ਐਕਸ਼ਨ ਉਹਨਾਂ 'ਤੇ ਵੀ ਕੋਈ ਨਹੀਂ ਹੋਣਾ। ਤੁਸੀਂ ਇਹ ਨੋਟ ਕਰ ਲਿਓ, ਇਹਨਾਂ ਗੌਰਮੈਂਟਾਂ ਨੇ ਕਿਸੇ ਦੇ ਖਿਲਾਫ਼ ਕੋਈ ਐਕਸ਼ਨ ਲੈਣਾ, ਸਿਰਫ ਉਹਨਾਂ ਕੀ ਡਿਲੇਅ ਕਰੀ ਜਾਣਾ ਤਾਂ ਕਿ ਪਬਲਿਕ ਨਾ ਕੋਈ ਬੋਲ ਸਕੇ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਨਰੇਸ਼ ਗੁਜਰਾਲ ਜਿੱਦਣ ਕੰਪਲੇਂਟ ਦਿੰਦੇ ਆ ਉਹ ਤੋਂ ਦੂਜੇ ਦਿਨ ਸੁਨੀਲ ਜਾਖੜ ਜਾ ਕੇ ECI ਦੇ ਚੰਡੀਗੜ੍ਹ ਆਫਿਸ ਮਿਲਦੇ ਆ ਅਤੇ ਬਾਅਦ 'ਚ ਜਦੋਂ ਕੁੰਵਰ ਵਿਜੇ ਪ੍ਰਤਾਪ ਨੂੰ ਹਟਾਇਆ ਜਾਂਦਾ ਉਸ ਤੋਂ ਬਾਅਦ ਅੱਜ ਤੱਕ ਕਾਂਗਰਸ ਦਾ ਕੋਈ ਬਿਆਨ ਨਹੀਂ ਆਉਂਦਾ। ਇਹ ਦੱਸੇ ਕਾਂਗਰਸ ਵੀ ਕਿਉਂ ਮਤਲਬ ਉਹਨੂੰ ਟ੍ਰਾਂਸਫਰ ਕੀਤਾ ਗਿਆ? ਕਿਉਂ ਟ੍ਰਾਂਸਫਰ ਕੀਤਾ ਗਿਆ? ਨਹੀਂ ਬਿਆਨ ਕਿਉਂ ਨਹੀਂ ਦੇ ਰਹੀ ਕਾਂਗਰਸ ਦੇ ਜਾਂ ਕਿਸੇ ਵੀ ਲੀਡਰ ਦਾ ਬਿਆਨ ਨਹੀਂ ਆ ਰਿਹਾ? ਮੈਂ ਉਹੀ ਰਹਾ, ਕਾਂਗਰਸ ਪਾਰਟੀ ਕਿਉਂ ਨਹੀਂ ਬਿਆਨ ਦਿੰਦੀ? ਉਹਦਾ ਕਾਰਨ ਇਹੀ ਆ ਵੀ ਉਹ ਡਰਦੇ ਆ ਵੀ ਰਿਪੋਰਟ ਆਏਗੀ ਸਾਡੇ 'ਤੇ ਐਕਸ਼ਨ ਹੋਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਥੀਓ, ਮੈਂ ਅੱਜ ਭਾਈ ਪਾਲ ਸਿੰਘ ਮਾਨਕ ਆਪਣੇ ਸੈਂਕੜੇ ਸਾਥੀਆਂ ਸਮੇਤ ਸਾਡੇ ਜੁਝਾਰੂ ਸਾਥੀ ਆਮ ਆਦਮੀ ਪਾਰਟੀ ਦੇ ਲੀਡਰ ਸਾਹਿਬਾਨ ਅਤੇ ਹੋਰ ਵਰਕਰਾਂ ਦਾ ਮੈਂ ਧੰਨਵਾਦ ਕਰਦਾ, ਜਿਨ੍ਹਾਂ ਦੀ ਬਦੌਲਤ ਮੈਂ ਫਿਰ ਆਮ ਆਦਮੀ ਪਾਰਟੀ ਜੁਆਇਨ ਕਰਦਾ ਹਾਂ। ਇਹਨਾਂ ਹੀ ਲਫ਼ਜ਼ਾਂ ਦੇ ਨਾਲ ਮੈਂ ਖਿਮਤ ਦਾ ਜਾਚਗਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਕਿਹਾ ਫੇਰ ਜੁਆਇਨ ਕਰਦਾ, ਪਹਿਲਾਂ ਜਿਹੜੀ ਛੱਡੀ ਸੀ ਪਹਿਲਾਂ ਕੀ ਵਜ੍ਹਾ ਕਰਕੇ? ਪਹਿਲਾਂ ਅਸਤੀਫਾ ਦੇ ਦਿੱਤਾ ਸੀ। ਕਿਸ ਕਰਕੇ? ਕੀ ਵਜ੍ਹਾ ਸੀਗੀ ਜੀ? ਸਾਹਮਣੇ ਦੇਖ ਕੋਈ ਕੈਮਰਾ। ਉਹ ਮੇਰੀਆਂ ਆਪ ਦੀਆਂ ਮੁਸ਼ਕਲਾਂ ਸੀਗੀਆਂ, ਹਾਂਜੀ, ਇਸ ਪ੍ਰੋਬਲਮ ਕਰਕੇ ਮੈਂ ਪਾਲ ਛੱਡੀ ਸੀ। ਨਹੀਂ, ਕਿਹੜੀ ਮੁਸ਼ਕਲ, ਕੁਛ ਤਾਂ ਵਜ੍ਹਾ ਹੋਏਗੀ ਨਾ? ਜਿਹੜੇ ਲੋਕ ਰੈਂਕੜਾਂ ਨਾਲ ਪਹਿਲਾਂ ਛੱਡੀ ਸੀ, ਕਿਸੇ ਰੈਂਕੜਾਂ ਨਾਲ ਫਿਰ ਦੁਬਾਰਾ ਜੁਆਇਨ ਕੀਤੀ ਹੈ, ਫਿਰ ਘਰ ਵਾਪਸੀ? ਨਹੀਂ, ਕੁਛ ਐਂਦਾ ਤਾਂ ਨਹੀਂ, ਹੁਣ ਆਮ ਆਦਮੀ ਪਾਰਟੀ ਦੀ ਹਵਾ ਬਣ ਰਹੀ ਦੁਬਾਰਾ ਕਿ ਆਪਾਂ ਫਿਰ ਤਾਂ ਜੁਆਇਨ ਕਰ ਲਈ। ਨਹੀਂ ਜੀ, ਹਵਾ ਤਾਂ ਸ਼ੁਰੂ ਹੋਈ ਹੈ ਜੀ, ਹਵਾ ਤਾਂ ਸ਼ੁਰੂ ਹੋਈ ਫਿਰ। ਭਾਜੀ ਇੱਕ ਮਿੰਟ, ਇੱਕ ਸੈਕਿੰਡ, ਕੋਣ ਵੇਰ ਵੀਰ ਉਹਨਾਂ ਜਵਾਬ ਦੇਣ ਦੇ? ਹਵਾ ਤਾਂ ਬਣਾਣੀ ਹੈ ਜੀ ਹੁਣ। ਹਾਂਜੀ, ਹਵਾ ਤਾਂ ਦੁਬਾਰਾ ਬਣਾਉਣ ਲਈ ਫਿਰ ਜੁਆਇਨ ਕਰ ਲਈ ਬਾਬੇ ਕੈਮਰੇ ਦੇਖ ਕੇ। ਹਾਂਜੀ, ਹੁਣ ਬੋਲੋ ਜੀ। ਹੁਣ ਫਿਰ ਅਸੀਂ ਦੁਬਾਰਾ ਵਾਪਸ ਹੋ ਗਏ ਹਾਂ ਜੀ ਸੈਂਕੜੇ ਸਾਥੀਆਂ ਸਮੇਤ।
ਭਾਈ ਪਾਲ ਸਿੰਘ ਮਾਨਕ ਜੀ ਨੂੰ ਅਸੀਂ ਖੁਦ ਜਾ ਕੇ ਕਾਇਰਾ ਕਰਕੇ ਪਾਰਟੀ ਛੱਡ ਗਈ ਸੀ ਹੁਣ ਕਿ ਇਹ ਦੁਆਰਾ ਕੁਛ ਕਲੀਅਰ ਕਰ ਦਿਓ ਜੀ ਕਿਸ ਕਰਕੇ ਛੱਡੀ ਸੀ ਜਿੱਦਾਂ ਆਪਣੇ ਕਈ ਇਲੈਕਸ਼ਨ ਟਾਈਮ ਸੀਗਾ ਉਦੋਂ ਜਿੱਦਾਂ ਕਿ ਮੈਂ ਵਿਦੇਸ਼ ਜਾਣਾ ਸੀ ਵਿਦੇਸ਼ ਚਲ ਗਿਆ ਹੋਰ ਮੇਰਾ ਘਰ ਦੇ ਘਰੇਲੂ ਮੁਸ਼ਕਲ ਆ ਗਈ ਮੈਂ ਕਰਦੀ ਹਾਂਜੀ।